मैं मेरी माता ने एक गल कहना होना मम्मी डैडी नूं कि मैं ना तुहानूं जींदे जी खवाउणा, तुसीं जो खाणा ऐश करना जो तुहाडियां लोड़ां ने मैनूं दसो सही, ठीक है। मैं मरियां ते फुल्लां दीआं चादरां नहीं भी हाँ लोकां लोक विखावे लो जो तुसीं मैनूं छड्ड के जाओगे मैनूं दुख तां हुंदा अंदर वी जाणगे छड्ड के कदन जाणगे उधरों उदों चादरां नहीं पाउणियां महिंगियां हुण घर लैणियां ते मंगदे आ वी जदों जाण तंदरुस्ती उहनां दी जां होर मतलब अगे असीं वी उहनां दी स्टेज ते आउणा कि ਸਾਡੇ ਬੱਚੇ ਵੀ ਸਾਨੂੰ ਉਵੇਂ ਹੀ ਰੱਖਣ, ਹੈ ਨਾ। ਅਤੇ ਮੈਂ ਤਾਂ ਉਹਨਾਂ ਨੂੰ ਵੀ ਕਹਿੰਦਾ ਵੀ ਜੇ ਗੁਰਦੁਆਰਾ ਸਾਹਿਬ ਆਉਂਦੇ ਹੋ ਸੇਵਾ ਕਰਦੇ ਹੋ ਤਾਂ ਮਾਂ ਪਿਓ ਦੀ ਸੁੱਖ ਮੰਗਿਆ ਕਰੋ, ਕਿਉਂਕਿ ਅੱਜ ਜੇ ਐਡਾ ਹੋ ਗਿਆ ਮੈਂ ਤਾਂ ਮੈਨੂੰ ਪਤਾ ਉਹਨਾਂ ਨੇ ਕਿੰਨੀ ਸੁੱਖ ਮੰਗ ਮੰਗ ਕੇ ਇੱਥੇ ਲੈ ਕੇ ਆਉਂਦਾ। ਨਹੀਂ ਬਾਈ ਮੈਨੂੰ ਇੱਦਾਂ ਲੱਗਦਾ ਕਿ ਤੁਸੀਂ ਮੇਰੇ ਖਿਆਲ ਤੋਂ ਕਰਤਾਰ ਵੀ ਇਮੋਸ਼ਨਲ ਹੋ ਗਿਆ, ਬਟ ਅਸੀਂ ਇਮੋਸ਼ਨਲ ਨਹੀਂ ਕਰਨ ਆਏ ਸੀਗੇ। ਪਰ ਮੇਰੇ ਖਿਆਲ ਤੋਂ ਅੱਜ ਦਾ ਦਿਨ ਨਹੀਂ ਆ ਰਿਹਾ ਸੀ ਕਿ ਗੁਰਪੁਰਬ ਹੈ ਨਾ, ਮੈਨੂੰ ਇੱਦਾਂ ਲੱਗਦਾ ਕਿ ਰੱਬ ਕੋਲੋਂ ਤੁਸੀਂ ਰੋਜ਼ ਕੁਛ ਨਾ ਕੁਛ ਮੰਗੋ, ਤੁਸੀਂ ਰੋਜ਼ ਨਾ ਕੁਛ ਬਸ ਪਰ ਉਹਨਾਂ ਦਾ ਨਿਤਨੇਮ ਵੀ ਕਰੋ ਜ਼ਰੂਰ, ਉਹ ਵੀ ਤੁਸੀਂ ਕਰਦੇ ਹੋਵੋਗੇ। ਪਰ ਮੈਂ ਪੁੱਛੂੰਗਾ ਨਹੀਂ, ਕਿਉਂਕਿ ਹਰ ਇੱਕ ਇਨਸਾਨ ਹਰ ਚੀਜ਼ ਨਹੀਂ ਦੱਸ ਸਕਦਾ ਕਿ ਉਹ ਚੀਜ਼ ਅੰਦਰ ਖਾਤੇ ਕੀ ਚੀਜ਼ ਕਰਦਾ, ਹਰ ਚੀਜ਼ ਕੈਮਰੇ ਵਾਸਤੇ ਨਹੀਂ ਹੁੰਦੀ। ਪਰ ਜ਼ਰੂਰ ਇਹ ਚੀਜ਼ ਤੁਸੀਂ ਜਿਹੜੀ ਲਾਸਟ ਵਿੱਚ ਗੱਲ ਕਹੀ ਨਾ ਕਿ ਮਾਤਾ ਦੇ ਸੁੱਖ ਵਾਸਤੇ, ਮੇਰੇ ਖਿਆਲ ਤੋਂ ਇਹ ਬਹੁਤ ਵੱਡੀ ਚੀਜ਼ ਆ ਕਿ ਆਪਣੇ ਮਾਂ ਪਿਓ ਤੋਂ ਵੀ ਮੰਗਦੀ ਹੈ। ਉਹ ਤਾਂ ਅੱਜ ਵੀ ਗੁਰਪੁਰਬ 'ਤੇ ਪਿੰਡ ਮੱਥਾ ਟੇਕਣ ਗਈ, ਉਹਨੇ ਮੇਰੀ ਸੁੱਖ ਮੰਗੀ, ਠੀਕ ਹੈ। ਉਹਨੇ ਕਿਹਦੀ ਮੰਗਣੀ ਹੈ? ਉਹਨੇ ਅੱਜ ਵੀ ਆਪਣੇ ਬੱਚਿਆਂ ਦੀ ਮੰਗੀ ਹੋਊ, ਉਹਨੇ ਅੱਜ ਵੀ ਬੱਚਿਆਂ ਦੀ ਮੰਗੀ ਹੋਊ। ਅਤੇ ਜੋ ਅੱਜ ਤੱਕ ਜਿਹੜੇ ਮਾਂ ਪਿਓ ਨੂੰ ਚੰਗਾ ਨਹੀਂ ਸਮਝਦੇ ਜਾਂ ਬਿਰਧ ਆਸ਼ਰਮ 'ਚ ਉਹਨਾਂ ਦੇ ਰੁੜਦੇ ਆ, ਉਹ ਉਹਨਾਂ ਦੀਆਂ ਮਾਵਾਂ ਬਿਰਧ ਆਸ਼ਰਮ 'ਚ ਰਹਿ ਕੇ ਵੀ ਉਹਨੇ ਸੁੱਖਾਂ ਮੰਗਦੀਆਂ, ਕੁਛ ਹੋਰ ਨਹੀਂ ਮੰਗਦੀਆਂ ਵੀ ਸਲਾਮਤ ਰਹਿਣ। ਮੈਂ ਮੇਰੀ ਮਾਤਾ ਨੂੰ ਇੱਕ ਗੱਲ ਕਹਿੰਦਾ ਹੁੰਦਾ ਮੰਮੀ ਡੈਡੀ ਨੂੰ ਕਿ ਮੈਂ ਨਾ ਤੁਹਾਨੂੰ ਜੀਂਦੇ ਜੀ ਖਵਾਉਣਾ, ਤੁਸੀਂ ਜੋ ਖਾਣਾ ਐਸ਼ ਕਰਨਾ ਜੋ ਤੁਹਾਡੀਆਂ ਲੋੜਾਂ ਨੇ ਮੈਨੂੰ ਦੱਸੋ ਸਹੀ, ਠੀਕ ਹੈ। ਮੈਂ ਮਰਿਆਂ ਅਤੇ ਫੁੱਲਾਂ ਦੀਆਂ ਚਾਦਰਾਂ ਨਹੀਂ ਵੀ ਹਾਂ ਲੋਕਾਂ ਦੇ ਲੋਕ ਵਿਖਾਵੇ ਲਵੋ ਜੋ ਤੁਸੀਂ ਮੈਨੂੰ ਛੱਡ ਕੇ ਜਾਓਗੇ ਮੈਨੂੰ ਦੁੱਖ ਤਾਂ ਹੁੰਦਾ ਅੰਦਰ ਵੀ ਜਾਣਗੇ ਛੱਡ ਕੇ ਕਦਮ ਜਾਣਗੇ ਉਧਰੋਂ ਉਦੋਂ ਚਾਦਰਾਂ ਨਹੀਂ ਪਾਉਣੀਆਂ ਮਹਿੰਗੀਆਂ ਹੁਣ ਘਰ ਲੈਣੀਆਂ ਅਤੇ ਮੰਗਦੇ ਹਾਂ ਵੀ ਜਦੋਂ ਜਾਣ ਤੰਦਰੁਸਤੀ ਉਹਨਾਂ ਦੀ ਜਾਂ ਹੋਰ ਹੈ ਮਤਲਬ ਅੱਗੇ ਅਸੀਂ ਵੀ ਉਹਨਾਂ ਦੀ ਸਟੇਜ 'ਤੇ ਆਉਣਾ ਕਿ ਸਾਡੇ ਬੱਚੇ ਵੀ ਸਾਨੂੰ ਉਵੇਂ ਹੀ ਰੱਖਣ, ਹੈ ਨਾ। ਅਤੇ ਮੈਂ ਤਾਂ ਉਹਨਾਂ ਨੂੰ ਵੀ ਕਹਿੰਦਾ ਵੀ ਜੇ ਗੁਰਦੁਆਰਾ ਸਾਹਿਬ ਆਉਂਦੇ ਹੋ ਸੇਵਾ ਕਰਦੇ ਹੋ ਤਾਂ ਮਾਂ ਪਿਓ ਦੀ ਸੁੱਖ ਮੰਗਿਆ ਕਰੋ, ਕਿਉਂਕਿ ਅੱਜ ਜੇ ਐਡਾ ਹੋ ਗਿਆ ਮੈਂ ਤਾਂ ਮੈਨੂੰ ਪਤਾ ਉਹਨਾਂ ਨੇ ਕਿੰਨੀ ਸੁੱਖ ਮੰਗ ਮੰਗ ਕੇ ਇੱਥੇ ਲੈ ਕੇ ਆਉਂਦਾ। ਨਹੀਂ ਬਾਈ ਮੈਨੂੰ ਇੱਦਾਂ ਲੱਗਦਾ ਕਿ ਤੁਸੀਂ ਮੇਰੇ ਖਿਆਲ ਤੋਂ ਕਰਤਾਰ ਵੀ ਇਮੋਸ਼ਨਲ ਹੋ ਗਿਆ, ਬਟ ਅਸੀਂ ਇਮੋਸ਼ਨਲ ਨਹੀਂ ਕਰਨ ਆਏ ਸੀਗੇ। ਪਰ ਮੇਰੇ ਖਿਆਲ ਤੋਂ ਅੱਜ ਦਾ ਦਿਨ ਨਹੀਂ ਆ ਰਿਹਾ ਸੀ ਕਿ ਗੁਰਪੁਰਬ ਹੈ ਨਾ, ਮੈਨੂੰ ਇੱਦਾਂ ਲੱਗਦਾ ਕਿ ਰੱਬ ਕੋਲੋਂ ਤੁਸੀਂ ਰੋਜ਼ ਕੁਛ ਨਾ ਕੁਛ ਮੰਗੋ, ਤੁਸੀਂ ਰੋਜ਼ ਨਾ ਕੁਛ ਬਸ ਪਰ ਉਹਨਾਂ ਦਾ ਨਿਤਨੇਮ ਵੀ ਕਰੋ ਜ਼ਰੂਰ, ਉਹ ਵੀ ਤੁਸੀਂ ਕਰਦੇ ਹੋਵੋਗੇ। ਪਰ ਮੈਂ ਪੁੱਛੂੰਗਾ ਨਹੀਂ, ਕਿਉਂਕਿ ਹਰ ਇੱਕ ਇਨਸਾਨ ਹਰ ਚੀਜ਼ ਨਹੀਂ ਦੱਸ ਸਕਦਾ ਕਿ ਉਹ ਚੀਜ਼ ਅੰਦਰ ਖਾਤੇ ਕੀ ਚੀਜ਼ ਕਰਦਾ, ਹਰ ਚੀਜ਼ ਕੈਮਰੇ ਵਾਸਤੇ ਨਹੀਂ ਹੁੰਦੀ। ਪਰ ਜ਼ਰੂਰ ਇਹ ਚੀਜ਼ ਤੁਸੀਂ ਜਿਹੜੀ ਲਾਸਟ ਵਿੱਚ ਗੱਲ ਕਹੀ ਨਾ ਕਿ ਮਾਤਾ ਦੇ ਸੁੱਖ ਵਾਸਤੇ, ਮੇਰੇ ਖਿਆਲ ਤੋਂ ਇਹ ਬਹੁਤ ਵੱਡੀ ਚੀਜ਼ ਆ ਕਿ ਆਪਣੇ ਮਾਂ ਪਿਓ ਤੋਂ ਵੀ ਮੰਗਦੀ ਹੈ। ਉਹ ਤਾਂ ਅੱਜ ਵੀ ਗੁਰਪੁਰਬ 'ਤੇ ਪਿੰਡ ਮੱਥਾ ਟੇਕਣ ਗਈ, ਉਹਨੇ ਮੇਰੀ ਸੁੱਖ ਮੰਗੀ, ਠੀਕ ਹੈ। ਉਹਨੇ ਕਿਹਦੀ ਮੰਗਣੀ ਹੈ? ਉਹਨੇ ਅੱਜ ਵੀ ਆਪਣੇ ਬੱਚਿਆਂ ਦੀ ਮੰਗੀ ਹੋਊ, ਉਹਨੇ ਅੱਜ ਵੀ ਬੱਚਿਆਂ ਦੀ ਮੰਗੀ ਹੋਊ। ਅਤੇ ਜੋ ਅੱਜ ਤੱਕ ਜਿਹੜੇ ਮਾਂ ਪਿਓ ਨੂੰ ਚੰਗਾ ਨਹੀਂ ਸਮਝਦੇ ਜਾਂ ਬਿਰਧ ਆਸ਼ਰਮ 'ਚ ਉਹਨਾਂ ਦੇ ਰੁੜਦੇ ਆ, ਉਹ ਉਹਨਾਂ ਦੀਆਂ ਮਾਵਾਂ ਬਿਰਧ ਆਸ਼ਰਮ 'ਚ ਰਹਿ ਕੇ ਵੀ ਉਹਨੇ ਸੁੱਖਾਂ ਮੰਗਦੀਆਂ, ਕੁਛ ਹੋਰ ਨਹੀਂ ਮੰਗਦੀਆਂ ਵੀ ਸਲਾਮਤ ਰਹਿਣਾ।